सोशल मीडिया से लगातार ही ठगियां के मामले सामने आ रहे हैं। ताज़ा मामला डेरा बाबा नानक के पिंड पखोके टाली साहब तो सामने आया है, जिथे एक नौजवान एक लड़की ने फेसबुक से फ्रेंड रिक्वेस्ट भेज के अपने जाल में फसाया, बाद विच उस कोलों 5 लाख रुपए की ठगी मारी है। हुण यह नौजवान जिथे अपने ना हुई इस ठगी का इंसाफ मंग रहा है, उत्थे ही अपनी 5 लाख रुपए की राशि भी वापस मंग रहा है। नाल ही नौजवानों सोशल मीडिया से होने वाली ठगी तो सुचेत भी कर रहा है। की है सारा मामला, आओ पीड़ित राजा मशीर तो ही सुनते हाँ। की नाम है जी ਤੁਹਾਡਾ? राजा देव। ਕਿਹੜਾ ਪਿੰਡ ਹੈ? ਅਖੋਟਲ ਸਾਹਿਬ। ਕੀ ਮਾਮਲਾ ਹੈ ਤੁਹਾਡੇ ਨਾਲ ਜਿਹੜੀ ਕੋਈ ਠੱਗੀ ਵਗੈਰਾ ਹੋਈ ਇੱਥੇ? ਮਾਮਲਾ ਇਦਾਂ ਹੋਇਆ ਕਿ ਮੈਂ ਨਾ ਫੇਸਬੁੱਕ ਤੇ ਇੱਕ ਫਰੈਂਡ ਹੋਈ ਸੀ, ਤੇ ਫਰੈਂਡ ਦੇ ਜਰੀਏ ਫੇਸਬੁੱਕ ਤੇ ਇਹਨਾਂ ਨੇ ਮੈਨੂੰ ਮੈਸੇਜ ਦਿੱਤਾ, ਇੱਕ ਵਟਸਐਪ ਨੰਬਰ ਦਿੱਤਾ ਆ। ਉਸ ਤੋਂ ਬਾਅਦ ਵਟਸਐਪ 'ਤੇ ਚੈਟ ਹੋਈ ਹੈ। ਚੈਟ ਕਰਨ ਦੇ ਜਰੀਏ ਇਹਨਾਂ ਨੇ ਮੇਰੇ ਨਾਲ ਹੌਲੀ ਹੌਲੀ ਗੱਲ ਕਰਕੇ ਇਹਨਾਂ ਨੇ ਮੇਰੇ ਗੱਲ ਕੀਤੀ ਹੈ ਕਿ ਮੈਂ ਤੁਹਾਡੀ ਪੱਕੀ ਫਰੈਂਡ ਬਣ ਚੁੱਕੀ ਹਾਂ, ਕਿ ਮੈਂ ਤੁਹਾਨੂੰ ਲੈ ਕਰਦੀ ਹਾਂ। ਅਤੇ ਮੈਂ ਵੀ ਆ ਗਿਆ ਉਹਨਾਂ ਦੇ ਚਾਚੇ ਜੀ, ਠੀਕ ਹੈ ਜੀ। ਅਤੇ ਕਰਦੇ ਕਰਦੇ ਇਹਨਾਂ ਨੇ ਮੈਨੂੰ ਕਿਹਾ ਕਿ ਅਸੀਂ 10/30 ਨੂੰ ਆ ਰਹੇ ਹਾਂ ਇੰਡੀਆ। ਮੈਂ ਠੀਕ ਹੈ ਜੀ। ਇਹਨਾਂ ਕਿਹਾ ਕਿ ਮੈਨੂੰ ਆਪਣਾ ਆਧਾਰ ਕਾਰਡ ਆਪਣੇ ਪਰੂਫ ਸੈਂਡ ਕਰਦੇ। ਮੈਂ ਇਹਨਾਂ ਨੂੰ ਆਪਣੇ ਪਰੂਫ ਸੈਂਡ ਕਰਤੇ ਆ। ਕਹਿੰਦੇ ਕਿ ਲੰਡਨ ਤੋਂ ਸਾਨੂੰ ਨਾਲ ਲੈ ਕੇ ਜਾਵਾਂਗੇ। ਮੈਂ ਚਲੋ ਠੀਕ ਹੈ ਜੀ। ਮੈਂ ਮੈਸੇਜ ਫਿਰ ਭੇਜਿਆ, ਫਿਰ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ। ਇੰਡੀਆ ਮੇਰੀ ਇੱਕ ਫਰੈਂਡ ਆ, ਉਹਨਾਂ ਦਾ ਨੰਬਰ ਦਿੱਤਾ ਇਹਨਾਂ ਮੈਨੂੰ। ਉਹਨਾਂ ਨਾਲ ਮੇਰੀ ਗੱਲ ਹੋਈ ਆ। ਜਦੋਂ ਉਹਦੀ ਨਾਲ ਮੇਰੀ ਗੱਲ ਹੋਈ ਆ, ਉਹ ਮੈਨੂੰ ਕਹਿੰਦੀ ਕਿ ਸਾਰਾ ਕੁਝ ਤੇਰਾ ਰੈਡੀ ਆ, ਇੱਦਾਂ ਟੈਨਸ਼ਨ ਨਾ ਲੈ ਕਿਸੇ ਗੱਲ ਦੀ। ਤੂੰ ਮੈਨੂੰ 5 ਲੱਖ ਰੁਪਈਆ ਚਾਹੀਦਾ ਆ, ਉਹਦਾ ਬਾਹਰ ਜਾਣ ਲਈ ਕਾਫੀ ਪੈਸੇ ਲੱਗਦੇ ਆ। ਤੇ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ, 5 ਲੱਖ ਰੁਪਈਏ ਦੀ ਕੋਈ ਗੱਲ ਨਹੀਂ। ਕਿ ਜਦੋਂ ਅਸੀਂ ਦੁਬਈ ਦੇ ਵਿੱਚੋਂ ਆਏ ਹਾਂ, 2 ਜਣੇ ਮੇਰਾ ਇੱਕ ਦੋਸਤ ਵੀ ਆਏ ਨਾਲ, ਕਿ ਆਪਾਂ ਦੋਵਾਂ ਸੋਚਿਆ ਵੀ ਵੱਡੀ ਗਿਣਤਰੀ ਜਾਣਾ ਹੈ। ਅਤੇ ਅਸੀਂ ਇੱਥੇ ਆਣ ਕੇ ਕਿਸੇ ਨੂੰ ਨਾ ਪੈਸੇ ਨਾ ਉਹਨੇ ਆਪਣੇ ਘਰ ਦੇ ਵਿੱਚ ਦੱਸਿਆ ਕਿ ਸਾਡੇ ਕੋਲ ਪੈਸੇ ਹੈਗੇ ਆ। ਅਸੀਂ ਉੱਥੇ ਕਹਿ ਸਕਦੇ ਹਾਂ ਅਸੀਂ ਵੀ ਸਾਡੇ ਨੂੰ ਠੱਗੀ ਹੋ ਗਈ ਇੱਥੇ ਆਣ ਕੇ ਲਿਆ ਘਰਦਿਆਂ ਨੂੰ, ਅਤੇ ਉਹ ਪੈਸੇ ਅਸੀਂ ਆਪਣੇ ਕੋਲ ਰੱਖ ਲਏ, ਆਪਾਂ ਦੱਸਿਆ ਨਹੀਂ ਘਰਦਿਆਂ ਨੂੰ। ਅਤੇ ਜਦੋਂ ਮਤਲਬ ਵੀ ਮੈਂ ਇੱਧਰ ਗੱਲ ਬਾਹਰ ਦੀ ਗੱਲ ਚੱਲੀ ਹੈ ਆਪਣੀ ਫਰੈਂਡ ਦੇ ਨਾਲ, ਮੈਂ ਆਪਣੇ ਦੋਸਤ ਨਾਲ ਵੀ ਗੱਲ ਕੀਤੀ, ਕਹਿੰਦਾ ਕੋਈ ਨਹੀਂ। ਉਹਨੇ ਮੇਰੇ ਨਾਲ ਗੱਲ ਕੀਤੀ, ਕਹਿੰਦਾ ਜੇ ਭਰਨ ਦੀ ਗੱਲ ਤਾਂ ਠੀਕ ਆ, ਦੇ ਦੇ ਤਾਂ ਕੋਈ ਟੈਨਸ਼ਨ ਨਹੀਂ। ਮੈਂ ਠੀਕ ਹੈ ਜੀ। ਅਤੇ ਉਹਨੇ ਵੀ ਕਿਹਾ ਵੀ ਮੈਂ ਵੀ ਚੱਲਿਆ ਹਾਂ, ਅਤੇ ਕੋਈ ਗੱਲ ਨਹੀਂ, ਤੈਨੂੰ ਪੈਸੇ ਚਾਹੀਦੇ ਹੋਣਗੇ ਅਤੇ ਕੋਈ ਗੱਲ ਨਹੀਂ, ਮੈਂ ਤੈਨੂੰ ਹੋਰ ਦੇ ਦਾਂਗਾ। ਮੈਂ ਕੋਈ ਨਹੀਂ ਦੇ ਲਾਂ। ਉਹਨੂੰ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਜੀ, ਉਹ ਕਹਿੰਦਾ ਕੋਈ ਨਹੀਂ, ਉਹਦਾ ਜੋ ਹੋਏਗਾ ਦੇਖੀ ਜਾਏਗੀ, ਮੈਂ ਦੇ ਗਿਆ। ਫਿਰ ਸਾਡੇ ਨਾਲ ਇੱਦਾਂ ਹੀ ਹੋਈ ਕਿ ਮੈਂ ਇਹਨਾਂ ਨਾਲ ਗੱਲ ਕੀਤੀ, ਇੰਡੀਆ ਵਾਲੀ ਫਰੈਂਡ ਨਾਲ ਇਹਨੇ ਮੈਨੂੰ ਗੱਲ ਕੀਤੀ, ਇਹਨੇ ਮੈਨੂੰ ਸੱਦਿਆ ਆਪਣਾ ਅੰਮ੍ਰਿਤਸਰ ਜੀ ਟਾਈਮ ਨਹੀਂ ਉਹਦੇ ਵਿੱਚ, ਇਹਦੇ ਨਾਲ ਗੱਲਬਾਤ ਕਾਫੀ ਟਾਈਮ ਚੱਲਦੀ ਰਹੀ। ਉਹਨੇ ਮੈਨੂੰ ਪਤਾ ਤਾਂ ਕੁਛ ਆਪਣਾ ਡਰੈਸ ਤਾਂ ਦੱਸਿਆ ਨਹੀਂ, ਮੈਨੂੰ ਇਹੋ ਹੀ ਗੱਲ ਕੀਤੀ ਕਿ ਇੰਡੀਆ ਆ ਰਹੇ ਨੇ, ਕਿ ਮੇਰੀ ਫਰੈਂਡ ਇੰਡੀਆ ਆ ਰਹੀ, ਇਹਨਾਂ ਤੋਂ ਸਾਨੂੰ ਨਾਲ ਲੈ ਜਾਣਾ ਆ। ਮੈਂ ਇੱਥੇ ਤੈਨੂੰ ਕਿਸੇ ਚੀਜ਼ ਦੀ ਮਤਲਬ ਟੈਨਸ਼ਨ ਨਹੀਂ ਹੈਗੀ, ਜਿਹੜਾ ਰੈਸਟੋਰੈਂਟ ਵੀ ਉਹ ਵੀ ਮੈਂ ਕਰਾਵਾਂ, ਘਰ ਵੀ ਜਿਹੜਾ ਮੇਰਾ, ਗੱਡੀ ਵੀ ਮੇਰੀ ਹੋਏਗੀ। ਚਲੋ ਮੈਂ ਕਾਫੀ ਟਾਈਮ ਸੋਚ ਕੇ ਅਸਵਾਸ ਕਰਦਾ ਰਿਹਾ, ਯਕੀਨ ਜਿਹਾ ਮੈਨੂੰ ਬਹੁਤ ਜ਼ਿਆਦਾ ਅਸਵਾਸ ਹੋ ਗਿਆ ਕਿ ਮੈਂ ਇੱਦਾਂ ਦਾ ਸੋਚਿਆ ਨਹੀਂ ਇਹਨਾਂ ਦੀ ਕਰ ਸਕਦੇ, ਚਾਹੇ ਇੱਦਾਂ ਦੇ ਹੋਣਗੇ। ਅਤੇ ਇੱਦਾਂ ਹੀ ਮੇਰੇ ਨਾਲ ਜਾਣੀ ਕਿ ਗੱਲ ਹੋਈ ਹੈ। ਉਸ ਤੋਂ ਬਾਅਦ ਮੇਰੇ ਨਾਲ ਕੋਈ ਇਹਨਾਂ ਨੇ ਜਦੋਂ 5 ਲੱਖ ਰੁਪਈਆ ਦੇ ਦਿੱਤਾ ਆ, ਕੋਈ ਗੱਲਬਾਤ ਨਹੀਂ ਇਹਨਾਂ ਨਾਲ ਮੇਰੀ ਹੋਈ। ਇਹੀ ਮੰਗ ਕਰਦੇ ਹਾਂ ਅਸੀਂ ਉਹਨਾਂ ਤੋਂ ਕਿ ਮੇਰੀ ਜਿਹੜੀ ਮਿਹਨਤ ਆ ਕੀਤੀ ਦਾ ਪਾਈ ਪਾਈ ਦਾ ਹਿਸਾਬ ਮੈਨੂੰ ਚਾਹੀਦਾ ਹੈ, ਇਹਨਾਂ 'ਤੇ ਖਰਚਾ ਹੋਣਾ ਚਾਹੀਦਾ। ਡੇਰਾ ਬਾਬਾ ਨਾਨਕ ਤੋਂ ਕਵਲਜੀਤ ਸਿੰਘ ਦੇ ਨਾਲ ਆਸ਼ਕ ਰਾਜ ਮਾਲਾ ਦੀ ਰਿਪੋਰਟ, ਪੰਜਾਬ ਟੂਡੇ।